ਰੇਟ ਬੀਤੇ 2 ਸਾਲਾਂ ਦੇ ਵਿੱਚ 3 ਵਾਰ ਵਧਾ ਦਿੱਤੇ ਗਏ ਨੇ ਤੇ ਇਹਨਾਂ ਰੇਟਾਂ ਦੇ ਵਿੱਚ ਹੱਥੋਂ ਜ਼ਿਆਦਾ ਵਾਧਾ ਹੋਇਆ ਹੈ ਜਿਸ ਦੇ ਨਾਲ ਆਮ ਸ਼ਹਿਰੀਆਂ ਤੇ ਪ੍ਰਾਪਰਟੀ ਡੀਲਰਾਂ ਦਾ ਨੁਕਸਾਨ ਹੋ ਰਿਹਾ ਉਹਨਾਂ ਪ੍ਰਸ਼ਾਸਨ ਨੂੰ ਇਹ ਵਿਧਾਏ ਗਏ ਪ੍ਰਾਪਰਟੀ ਦੇ ਕਲੈਕਟਰ ਰੇਟਾਂ ਦੇ ਵਿਰੋਧ ਵਿੱਚ ਸੰਘਰਸ਼ ਕੀਤਾ ਗਿਆ। ਦਰਅਸਲ ਇਸੇ ਦਰਮਿਆਨ ਪ੍ਰਾਪਰਟੀ ਕਾਰੋਬਾਰੀ ਤੇ ਪ੍ਰਾਪਰਟੀ ਡੀਲਰਾਂ ਦੇ ਵੱਲੋਂ ਡੀਸੀ ਦਫ਼ਤਰ ਦੇ ਸਾਹਮਣੇ ਅਨੋਖਾ ਪ੍ਰਦਰਸ਼ਨ ਕਰ ਦਿੱਤਾ ਗਿਆ। ਤਾਂ ਵੇਖੋ ਕਿਵੇਂ ਮੱਝ ਅੱਗੇ ਨਾਲੋਂ বীਣ ਵਜਾ ਕੇ ਪ੍ਰਸ਼ਾਸਨ ਦੇ ਕੰਨਾਂ ਤੇ ਇਹ ਜੂ ਸਰਕਣ ਦੇ ਲਈ ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਇਸ ਅਨੋਖੇ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ। ਤਸ਼ੀ ਮੁਖਸਰ ਸਾਹਿਬ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਜਿੱਥੇ ਪ੍ਰਾਪਰਟੀ ਦੇ ਵਿਧਾਇਕ ਕਲੈਕਟਰ ਰੇਟਾ ਦੇ ਸੰਬੰਧੀ ਪ੍ਰਾਪਰਟੀ ਡੀਲਰ ਦੇ ਵੱਲੋਂ ਸੰਘਰਸ਼ ਕੀਤਾ ਗਿਆ ਜਿਸ ਦੇ ਤਹਿਤ ਕੋਰਟ ਕਪੂਰਾ ਚੌਂਕ ਵਿਖੇ ਲਗਾਤਾਰ ਚਰਨਾ ਚੱਲ ਰਿਹਾ ਹੈ ਤੇ ਪ੍ਰਾਪਰਟੀ ਡੀਲਰਾਂ ਦੇ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ ਦਫ਼ਤਰ ਦੇ ਗੇਟ ਦੇ ਨਾਲ ਮੱਝ ਤੇ ਬੱਛਾ ਬਣ ਕੇ ਉਹਨਾਂ ਦੇ ਸਾਹਮਣੇ ਬੀਨ ਵਜਾਈ ਗਈ ਹੈ ਤੇ ਰੋਸ ਜ਼ਾਹਰ ਕੀਤਾ ਗਿਆ ਇਸ ਮੌਕੇ ਇਹਨਾਂ ਪ੍ਰਾਪਰਟੀ ਡੀਲਰਾਂ ਦਾ ਕਹਿਣਾ ਹੈ ਕਿ ਬੀਤੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਨੇ ਤੇ ਪ੍ਰਾਪਰਟੀ ਦੇ ਕਲੈਕਟਰ ਰੇਟ ਬੀਤੇ 2 ਸਾਲਾਂ ਦੇ ਵਿੱਚ 3 ਵਾਰ ਵਧਾ ਦਿੱਤੇ ਗਏ ਨੇ ਤੇ ਇਹਨਾਂ ਰੇਟਾਂ ਦੇ ਵਿੱਚ ਹੱਥੋਂ ਜ਼ਿਆਦਾ ਵਾਧਾ ਹੋਇਆ ਹੈ ਜਿਸ ਦੇ ਨਾਲ ਆਮ ਸ਼ਹਿਰੀਆਂ ਤੇ ਪ੍ਰਾਪਰਟੀ ਡੀਲਰਾਂ ਦਾ ਨੁਕਸਾਨ ਹੋ ਰਿਹਾ ਹੈ ਉਹਨਾਂ ਪ੍ਰਸ਼ਾਸਨ ਨੂੰ ਇਹ ਰੇਟ ਵਾਪਸ ਲੈਣ ਦੀ ਬੇਨਤੀ ਕੀਤੀ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਇਸ ਤੇ ਧਿਆਨ ਨਹੀਂ ਦੇ ਰਹੇ ਤਾਂ ਉਹਨਾਂ ਨੂੰ ਹੁਣ ਸੰਘਰਸ਼ ਦਾ ਰਾਹ ਅਪਣਾਉਣਾ ਪਿਆ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਰੇਟ ਵਾਪਸ ਨਾ ਲੈ ਗਏ ਤੇ ਸਬੰਧੀ ਗਿੱਦੜਪਾਹ ਵਿਖੇ ਪਿੰਡ-ਪਿੰਡ ਜਾ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਪ੍ਰਾਪਰਟੀ ਡੀਲਰ ਜਿਨ੍ਹਾਂ ਵੱਲੋਂ ਇਹ ਸੰਘਰਸ਼ ਕੀਤਾ ਗਿਆ ਤਾਂ ਤਸਵੀਰਾਂ ਵੇਖੋ ਕਿ ਕਿਵੇਂ ਮੱਝ ਤੇ ਬੱਛਾ ਲੈ ਕੇ ਇਹ ਡੀਲਰ ਜਿਹੜੇ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪਹੁੰਚੇ ਨੇ ਤੇ ਉੱਥੇ ਮੱਝ ਅੱਗੇ বীਣ ਵਜਾ ਕੇ ਇਹਨਾਂ ਵੱਲੋਂ ਰੋਸ ਜ਼ਾਹਰ ਕੀਤਾ ਗਿਆ ਪ੍ਰੋਪਰਟੀ ਯੂਨੀਅਨ ਦੇ ਪ੍ਰਧਾਨ ਮੈਂਬਰ ਆਰਤੀਏ ਸਵਰਨਕਾਰ ਯੂਨੀਅਨ ਪਰਜਾਪਤ ਪੱਤੇ ਵਾਲੇ ਜੋ ਕੁਝ ਵੀ ਜਿਹੜੇ ਵੀ ਮਹਿਕਮੇ ਆ ਜੋ ਵੀ ਸੰਸਾਵਾਂ ਹੈਗੀਆਂ ਸਾਰੀਆਂ ਕਟੀਆਂ ਪਿਛਲੇ 5 ਦਿਨਾਂ ਤੋਂ ਅਸੀਂ ਧਰਨਾ ਲਾਈ ਬੈਠੇ ਆ ਸਾਰੇ ਸ਼ਹਿਰ ਵਾਸੀ ਜਿਹੜੇ ਚੰਗੇ ਚੰਗੇ ਘਰਾਂ ਦੇ ਆ ਕੋਟ ਵਾਲੇ ਚੌਂਗ ਦੇ ਵਿੱਚ ਧਰਨਾ ਲਾਈ ਬੈਠੇ ਆ ਕੋਈ ਸ਼ਰਾਰਤੀ ਅੰਸਰ ਨਹੀਂ ਗੇ ਸਰਕਾਰ ਨੂੰ ਬੜੇ ਵਾਰੀ ਬੇਨਤੀ ਕੀਤੀ ਆ ਵੀ 2 ਸਾਲਾਂ ਚ ਮੁਕਸਰ ਚਾਰ ਵਾਰੀ ਰੇਟ ਸ਼ੁਰੂ ਇਹ ਮੁਕਸਰ ਤੋਂ ਹੋਇਆ ਪਰ ਇਹ ਜਾਊ ਪੰਜਾਬ ਤੱਕ ਇਸ ਤੋਂ ਬਾਅਦ ਅਸੀਂ ਗਿੱਦੜਵੇ ਜਾ ਕੇ ਬਾਈ ਇਲੈਕਸ਼ਨ ਸੋਮਵਾਰ ਉੱਤੇ ਕੋਈ 2-400 ਗੱਡੀਆਂ ਲੈ ਕੇ ਜਾਵਾਂਗੇ ਭਾਰੂ ਚੌਂਕ ਉਸਨਰ ਚੌਂਕ 'ਤੇ ਖੜਾ ਪੰਨਾਂਗੇ ਸਾਰੇ ਸ਼ਹਿਰ 'ਚ ਜਲੂਸ ਕੱਢਾਂਗੇ ਵਿਧਾਈ ਗਏ ਪ੍ਰਾਪਰਟੀ ਦੇ ਕਲੈਕਟਰ ਰੇਟਾਂ ਦੇ ਵਿਰੋਧ ਵਿੱਚ ਸੰਘਰਸ਼ ਕੀਤਾ ਗਿਆ ਦਰਅਸਲ ਇਸੇ ਦਰਮਿਆਨ ਪ੍ਰਾਪਰਟੀ ਕਾਰੋਬਾਰੀ ਤੇ ਪ੍ਰਾਪਰਟੀ ਡੀਲਰਾਂ ਦੇ ਵੱਲੋਂ ਡੀਸੀ ਦਫ਼ਤਰ ਦੇ ਸਾਹਮਣੇ ਅਨੋਖਾ ਪ੍ਰਦਰਸ਼ਨ ਕਰ ਦਿੱਤਾ ਗਿਆ ਤਾਂ ਵੇਖੋ ਕਿਵੇਂ ਮੱਜ ਅੱਗੇ ਨਾਲੋਂ বীਣ ਵਜਾ ਕੇ ਪ੍ਰਸ਼ਾਸਨ ਦੇ ਕੰਨਾਂ ਤੇ ਇਹ ਜੂ ਸਰਕਣ ਦੇ ਲਈ ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਇਸ ਅਨੋਖੇ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ। ਤਸ਼ੀ ਮੁਖਸਰ ਸਾਹਿਬ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਜਿੱਥੇ ਪ੍ਰਾਪਰਟੀ ਦੇ ਵਿਧਾਇਕ ਕਲੈਕਟਰ ਰੇਟਾ ਦੇ ਸੰਬੰਧੀ ਪ੍ਰਾਪਰਟੀ ਡੀਲਰ ਦੇ ਵੱਲੋਂ ਸੰਘਰਸ਼ ਕੀਤਾ ਗਿਆ।